जानते हैं कि ये अब मेरे काम के नहीं, ये सब जानते हैं कि ये अब मेरे काम के नहीं, क्योंकि बेचारे फिर भी दुनियादारी निभाए जा रहे हैं। ये जानते हैं कि अब मेरे काम के नहीं, बेचारे फिर भी दुनियादारी निभाए जा रहे हैं। मैं विनती करता जावा असि फिर भी दुनियादारी निभाते हुए गुरु की बात तो गुरु के सच तो मुंह मोड़ते जा रहे हैं। एक एक से मैं बात कहता जावा ਜਿਹੜੀ ਵਿਚਾਰਾਂ ਦੀ ਸਾਂਝ ਨਾ ਹੋਵੇ ਤੇ ਪਤੀ ਪਤਨੀ ਦਾ ਰਿਸ਼ਤਾ ਟੁੱਟ ਜਾਂਦਾ ਹੈ ਜੇ ਵਿਚਾਰਾਂ ਦੀ ਸਾਂਝ ਨਾ ਹੋਵੇ ਤੇ ਗੁਰੂ ਦੇ ਸਿੱਖ ਦਾ ਰਿਸ਼ਤਾ ਵੀ ਟੁੱਟ ਜਾਂਦਾ ਹੈ ਜੇ ਵਿਚਾਰਾਂ ਦੀ ਸਾਂਝ ਨਾ ਹੋਵੇ ਕਹਾਂ ਦਾ ਦੱਸੋ ਕਿਉਂ ਬੰਦਿਆਂ ਤ
ਤਸਲੀਮ ਆਏ ਕਿੰਨੇ ਇੱਥੋਂ ਤੁਰ ਗਏ ਫਰਿੰਦਾ ਇੰਨੀ ਲੋਇਨੀ ਦੇਖਦੇ ਆ ਕਿਤੇ ਚੱਲ ਗਈ ਲੋਕੋ ਆਇਆ ਪੋ ਆਪਣੀ ਮੈਂ ਆਪਣੀ ਪਈ ਹੋਰ ਪੜ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਵਿਸ਼ੇ ਦੇ ਉੱਤੇ ਬਾਰ ਬਾਰ ਸਾਨੂੰ ਚੋਟਾ ਮਾਰਦੀ ਹੈ ਇਹ ਵੱਖਰੀ ਬਾਤ ਹੈ ਅਸੀਂ ਗਫਲਤ ਦੇ ਨੀਂਦਰ ਵਿੱਚੋਂ ਜਾਗਣ ਨੂੰ ਤਿਆਰ ਨਹੀਂ ਹੁੰਦੇ ਕਹਿੰਦੇ ਫਰੀਦਾ ਬਾਬਾ ਫਰੀਦ ਜੀ ਨੂੰ ਪੜ੍ਹੀਏ ਤੇ ਬਾਬਾ ਫਰੀਦ ਕਹਿੰਦੇ ਨੇ ਬੰਦਿਆ ਤੂੰ ਕਹਿ ਰਿਹਾ ਇਹ ਘਰ ਮੇਰਾ ਹੈ ਪਰ ਇਹ ਤੇਰਾ ਅਸਲ ਘਰ ਨਹੀਂ ਲਾਜ ਨਾ ਮਰੋ ਕਹੋ ਘਰ ਮੇਰਾ ਗੁਰਬਾਣੀ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ ਤੇ ਗੁਰਬਾਣੀ ਨੂੰ ਪੁੱਛੀਏ ਸਤਿਗੁਰੂ ਮੇਰਾ ਅਸਲੀ ਘਰ ਕਿਹੜਾ ਹੈ ਤੇ ਬਾਬਾ ਫਰੀਦ ਕਹਿੰਦੇ ਨੇ ਤੇਰਾ ਅਸਲੀ ਘਰ ਪਤਾ ਕਿਹੜਾ ਹੈ ਤੇਰਾ ਅਸਲੀ ਘਰ ਕਬਰ ਹੈ ਸ਼ਮਸ਼ਾਨ ਘਾਟ ਹੈ ਤੈਨੂੰ ਕਬਰ ਆਵਾਜ਼ਾਂ ਮਾਰਦੀ ਪਈ ਹੈ ਕਹਿੰਦੇ ਫਰੀਦਾ ਗੋਰ ਨਿਮਾਨੀ ਸੱਟ ਕਰੇ ਸੱਟ ਦਾ ਹੈ ਸੱਟਾ ਦੇਣਾ ਆਵਾਜ਼ਾਂ ਮਾਰਦੀ ਪਈ ਹੈ ਕਹਿੰਦੇ ਫਰੀਦਾ ਗੋਰ ਨਿਮਾਨੀ ਸੱਟ ਕਰੇ ਨਹੀਂ ਘਰਿਆ ਘਰ ਆਓ ਸਰ ਪਰ ਮੈਂ ਤੇ ਆਵਨਾ ਮਰਨੋ ਨਾ ਕਰਿਆ ਪਰ ਖਿਆਲ ਕਰਿਓ ਇਸ ਮਰਨ ਤੋਂ ਕੋਈ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਅਸੀਂ ਉਹ ਸਾਖੀ ਸਾਰਿਆਂ ਨੇ ਪੜ੍ਹੀ ਸੁਣੀ ਹੈ ਭਾਈ ਮੂੜੇ ਵਾਲੀ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ ਪਰ ਸ਼ਾਇਦ ਜੀਵਨ ਵਿੱਚ ਕਿਸੇ ਵਿਰਲੇ ਦੇ ਹੋਵੇਗੀ ਮਰਨਾ ਸੱਚ ਹੈ ਜਿਉਣਾ ਝੂਠ ਹੈ ਭਾਈ ਮੂੜੇ ਦੀ ਸਾਖੀ ਆਪਾਂ ਸਾਰਿਆਂ ਨੇ ਪੜ੍ਹੀ ਸੁਣੀ ਹੈ ਪਰ ਉਸਦਾ ਉਪਦੇਸ਼ ਉਸਦਾ ਵਿਚਲਾ ਸੰਦੇਸ਼ ਕਿਸੇ ਵਿਰਲੇ ਦੇ ਜੀਵਨ ਵਿੱਚ ਹੋਵੇਗਾ ਤੇ ਸਾਹਿਬ ਤੇ ਬਾਬਾ ਕਬੀਰ ਜੀ ਨੂੰ ਪੜ੍ਹ ਲਈਏ ਤੇ ਬਾਬਾ ਕਬੀਰ ਜੀ ਇੱਥੋਂ ਤੱਕ ਕਹਿ ਦਿੰਦੇ ਨੇ ਬੰਦੇ ਦੀ ਹਾਲਤ ਪਤਾ ਕੀ ਹੈ ਦੇਖੋ ਕਿੰਨੇ ਸੌ ਸਾਲ ਪਹਿਲੋਂ ਬਾਬਾ ਕਬੀਰ ਜੀ ਨੇ ਜਿਹੜੀ ਬਾਤ ਕੀਤੀ ਹੈ ਨਾ ਕਿੰਨੇ ਸੌ ਸਾਲ ਪਹਿਲੋਂ ਕਬੀਰ ਜੀ ਨੇ ਜਿਹੜੀ ਬਾਤ ਕੀਤੀ ਹੈ ਸਾਨੂੰ ਲੱਗੇਗਾ ਕਿਉਂਕਿ ਗੁਰਬਾਣੀ ਯੂਨੀਵਰਸਲ ਟਰੁੱਥ ਹੈ ਗੁਰਬਾਣੀ ਸਦੀਵੀ ਤੌਰ ਤੇ ਸੱਚ ਹੈ ਗੁਰਬਾਣੀ ਨੂੰ ਜਦੋਂ ਮਰਜ਼ੀ ਵਾਜ ਕੇ ਦੇਖ ਲਵੋ ਸਮਾਜ ਦੇ ਰਸਮਾਂ ਦੇ ਉੱਤੇ ਗੁਰਬਾਣੀ ਸੱਚ ਹੁੰਦੀ ਦਿਖਾਈ ਦੇਵੇਗੀ ਤੇ ਬਾਬਾ ਕਬੀਰ ਨੇ ਦੇਖੋ ਕਿੰਨੇ ਸੌ ਸਾਲ ਪਹਿਲੋਂ ਇਹ ਬਾਤ ਕਰ ਦਿੱਤੀ ਅੱਜ ਲੱਗੇਗਾ ਬਿਲਕੁਲ ਅੱਜ ਦੀ ਬਾਤ ਬਾਬਾ ਕਬੀਰ ਜੀ ਕਰਦੇ ਨੇ ਕਹਿੰਦੇ ਅਮਰ ਸ਼ਰਾਨੂ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾਂ ਗਵਾਇਆ ਚਲੋ ਸ਼ਿਕਾਰ ਦੀਵਾਨ ਬੁਲਾਇਆ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੇ ਦਰ ਘਰ ਚੋਂ ਜਦੋਂ ਸੱਦਾ ਆ ਗਿਆ ਨਾ ਇਸ ਬੰਦੇ ਨੂੰ ਮੁਹਲਤ ਨਹੀਂ ਦਿੱਤੀ ਜਾਂਦੀ ਬੰਦੇ ਨੂੰ ਕਹਿੰਦੇ ਚੱਲ ਵੀ ਜਲਦੀ ਮਰ ਦੋ ਇੱਥੋਂ ਅਮਲ ਸਿਰਾਂ ਨੂੰ ਤੇਰੇ ਕੰਮ ਕਰਨ ਦਾ ਹੁਣ ਸਮਾਂ ਖਤਮ ਹੋ ਗਿਆ ਲੇਖਾ ਦੇਣ ਦਾ ਸਮਾਂ ਸ਼ੁਰੂ ਹੋ ਗਿਆ ਅਮਲ ਸਿਰਾਂ ਨੂੰ ਲੇਖਾ ਦੇਣਾ ਆਏ ਕਠਨ ਦੂਤ ਜਗ ਲੈਣਾ ਕਿਆ ਤੈ ਖੱਟਿਆ ਕਹਾਂ ਗਵਾਇਆ ਚਲੋ ਸ਼ਿਕਾਰ ਦੀਵਾਨ ਬੁਲਾਇਆ ਤੇ ਕਹਿੰਦੇ ਬੰਦਾ ਹੁਣ ਤਰਲੇ ਕਿਵੇਂ ਮਾਰਦਾ ਹੈ ਬੰਦਾ ਤਰਲੇ ਕਿਵੇਂ ਮਾਰਦਾ ਜਮਾ ਦੇ ਅੱਗੇ ਕਹਿੰਦੇ ਕਰੋ ਅਰਦਾਸ ਰਾਮ ਕਿਸ਼ ਬਾਕੀ ਕਹਿੰਦੇ ਬੰਦਾ ਅਰਦਾਸਾਂ ਕਰਦਾ ਹੈ ਉਹਨਾਂ ਜਮਾ ਅੱਗੇ ਮੇਰਾ ਥੋੜਾ ਜਿਹਾ ਕੰਮ ਬਾਕੀ ਰਹਿ ਗਿਆ ਮੈਨੂੰ ਇਹ ਕੰਮ ਕਰ ਲੈਣ ਦਿਓ ਮੇਰਾ ਥੋੜਾ ਜਿਹਾ ਕੰਮ ਬਾਕੀ ਰਹਿ ਗਿਆ ਕਹਿੰਦੇ ਕਰੋ ਅਰਦਾਸ ਰਾਮ ਕਿਸ਼ ਬਾਕੀ ਲਿਓ ਨਵੇਰ ਅੱਜ ਕੀ ਰਾਤੀ ਮੈਨੂੰ ਇੱਕ ਰਾਤ ਦੇ ਦਿਓ ਤੇ ਕਹਿੰਦੇ ਜਮ ਕਹਿੰਦੇ ਸਾਡੇ ਆਪਣੇ ਹੱਥ ਵਿੱਚ ਕੁਝ ਨਹੀਂ ਕਿਉਂਕਿ ਅਸੀਂ ਪਰਮੇਸ਼ਰ ਦੇ ਹੁਕਮ ਨਾਲ ਬੱਚੇ ਪਏ ਹਾਂ ਪਰਮੇਸ਼ਰ ਦੇ ਹੁਕਮ ਦੀ ਅਦੂਲੀ ਕਰਨ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਤੇ ਕਹਿੰਦੇ ਬੰਦਾ ਹੁਣ ਅਗਲਾ ਪੱਖ ਕੀ ਕਰਦਾ ਹੈ ਜੋ ਅਸੀਂ ਅੱਜ ਆਪਾਂ ਦੇਖਦੇ ਹਾਂ ਕੋਈ ਕੰਮ ਨਾ ਹੁੰਦਾ ਹੋਵੇ ਤੇ ਅਸੀਂ ਕੰਮ ਕਿੱਦਾਂ ਕਰਵਾਉਣਾ ਚਾਹੁੰਦੇ ਹਾਂ
ਅਗਲੀ ਬਾਤ ਕਹਿ ਦਿੱਤੀ ਬਾਬੇ ਕਬੀਰ ਨੇ, ਕਹਿੰਦੇ ਕੋ ਜਮਾ ਨੂੰ ਰੱਖਦਾ, ਕਹਿੰਦੇ ਕਿਸ ਵੀ ਖਰਚ ਤੁਹਾਰਾ ਸਾਰੋ, ਕੁਝ ਖਰਚ ਪੱਠਾ ਲੈ ਲਵੋ, ਇੱਕ ਰਾਤ ਮੈਨੂੰ ਛੱਡ ਦਿਓ, ਕਿਸ ਵੀ ਖਰਚ ਤੁਹਾਰਾ ਸਾਰੋ, ਸੁਬਹ ਨਿਵਾਜ ਸਰਾਏ ਮੁਜਾਹਦੋ, ਸਵੇਰੇ ਤੁਹਾਡੇ ਨਾਲ ਤੁਰ ਪਵਾਂਗਾ, ਇੱਕ ਰਾਤ ਮੈਨੂੰ ਦੇ ਦਿਓ, ਖਰਚ ਪੱਠਾ ਲੈ ਲਓ ਮੇਰੇ ਕੋਲ ਜੋ ਲੈਣੇ। ਦੇਖੋ ਗੁਰਬਾਣੀ ਯੂਨੀਵਰਸਲ ਟਰੁੱਥ ਹੈ, ਗੁਰਬਾਣੀ ਦੀ ਬਾਤ ਨੂੰ ਦੁਨੀਆਂ ਦੀ ਰਹਿੰਦੀ ਦੁਨੀਆਂ ਤੱਕ ਕੋਈ ਰੱਦ ਨਹੀਂ ਕੀਤਾ ਜਾ ਸਕੇਗਾ, ਕੋਈ ਇਹਦੇ ਉੱਤੇ ਉਟੰਕ ਨਹੀਂ ਕੀਤਾ ਜਾ ਸਕੇਗਾ। ਤੇ ਆਪਾਂ ਆਓ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝੀਏ। ਤੇ ਗੁਰੂ ਦੇਵ ਬਹਾਦਰ ਪਾਤਸ਼ਾਹ ਕਹਿੰਦੇ ਨੇ ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ, ਜੋ ਤੁਹਾਨੂੰ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਮੰਨਿਆ ਤੂੰ ਘਰ ਪਰਿਵਾਰ ਨੂੰ, ਇਹ ਧਨ ਦੌਲਤ ਜਾਇਦਾਦਾਂ ਨੂੰ ਆਪਣਾ ਆਖਦਾ ਹੈ, ਪਰ ਯਾਦ ਰੱਖੀ ਕਿ ਸਾਰੇ ਸੰਬੰਧ ਜਿਹੜੇ ਤੇਰੇ ਜੁੜੇ ਨੇ ਨਾ, ਇਹਦੇ ਸਰੀਰ ਨਾਲ ਜੁੜੇ ਹੋਏ ਸੰਬੰਧ ਨੇ। ਤੇ ਜਾਣ ਲੱਗਿਆ ਸਰੀਰ ਤੇ ਆਤਮਾ ਦਾ ਸੰਬੰਧ ਵੀ ਟੁੱਟ ਜਾਣਾ ਹੈ, ਸਰੀਰ ਇੱਥੇ ਰਹਿ ਜਾਣਾ ਹੈ, ਆਤਮਾ ਨੇ ਉਡਾਰੀ ਮਾਰ ਜਾਣੀ ਹੈ। ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ, ਜੋ ਕਲ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਇਹਦੇ ਮਾਤ ਪਿਤਾ ਸੁਧ ਬੰਧ ਜਨ ਹਿਤ ਜਾਸੂ ਕਿਉਂ ਨਾ। ਸ਼ਮਸ਼ਾਨ ਘਾਟ ਵਿੱਚ ਜਾ ਕੇ ਅੰਗ ਦੇ ਹਵਾਲੇ ਕਰ ਦੇਣਾ। ਤੇ ਗੁਰਦੇਵ ਬਹਾਦਰ ਅੰਤਮ ਦੋ ਪੰਕਤੀਆਂ ਵਿੱਚ ਬੜੇ ਬਾਕਮਾਲ ਕਰਕੇ ਕਹਿੰਦੇ, ਇਹ ਬੰਦੇ ਆ, ਇਹ ਯਾਦ ਰੱਖੀਏ ਸੰਸਾਰ ਸੰਬੰਧ ਕਿੰਨਾ ਕਿੱਦਾਂ ਦੇ ਸੰਬੰਧ ਨੇ, ਕਿੰਨੇ ਚਿਰ ਦੇ ਸੰਬੰਧ ਨੇ। ਕਹਿੰਦੇ ਜੀਵਤ ਲੋ ਵਿਵਹਾਰ ਹੈ, ਜਬ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਇੱਕ ਪਾਵਨ ਸਰੂਪ ਦੇ ਅੰਦਰ ਦੋ ਵਿਰੋਧੀ ਹਸਤੀਆਂ ਦਾ ਜ਼ਿਕਰ ਕਰ ਦਿੱਤਾ। ਦੇਖਿਓ ਗੁਰੂ ਤੇਗ ਬਹਾਦਰ ਦਾ ਸਰੂਪ ਇੱਕ ਹੈ, ਪਰ ਆਪਣੇ ਸਮੇਂ ਦੀਆਂ ਦੋ ਵਿਰੋਧੀ ਹਸਤੀਆਂ ਦਾ ਜ਼ਿਕਰ। ਕਹਿੰਦੇ ਰਾਮ ਗਏ ਹੋ, ਰਾਵਣ ਗਏ ਹੋ, ਜਾਣ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਸ਼ ਨਹੀਂ ਸੁਪਨੇ ਜੋ ਸੰਸਾਰ। ਹੁਣ ਇੱਕੋ ਹੀ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸ਼੍ਰੀ ਰਾਮ ਤੇ ਰਾਵਣ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਸ਼੍ਰੀ ਰਾਮ ਚੰਦਰ ਨੇਕੀ ਦੇ ਪ੍ਰਤੀਕ ਨੇ, ਰਾਵਣ ਬਲੀ ਦਾ ਪ੍ਰਤੀਕ ਹੈ, ਤੇ ਗੁਰੂ ਤੇਗ ਬਹਾਦਰ ਦੱਸਣਾ ਚਾਹੁੰਦੇ ਨੇ ਸਰੀਰਕ ਤੌਰ ਤੇ, ਕਿਤੇ ਨੇਕੀ ਦੇ ਪ੍ਰਤੀਕ ਸ਼੍ਰੀ ਰਾਮ ਚੰਦਰ ਵੀ ਸਰੀਰਕ ਤੌਰ ਤੇ ਨਹੀਂ ਰਹਿ ਸਕੇ, ਕਿਤੇ ਬਲੀ ਦਾ ਪ੍ਰਤੀਕ ਰਾਵਣ ਵੀ ਸਦੀਵੀ ਤੌਰ ਤੇ ਨਹੀਂ ਰਹਿ ਸਕਿਆ। ਤੇ ਬੰਦੇ ਦਾ ਯਾਦ ਰੱਖੀ, ਤੂੰ ਵੀ ਉੱਥੇ ਸਦੀਵੀ ਤੌਰ ਤੇ ਨਹੀਂ ਰਹਿ ਸਕੇਗਾ। ਤੇ ਆਖਰੀ ਗੱਲ ਇੱਕ ਸਮਾਪਤੀ ਕਰਾਂ, ਸਾਨੂੰ ਅਸੋਹਲੇ ਦੀ ਬਾਣੀ ਪੜ੍ਹਨ ਦਾ ਮਰਿਆਦਾ ਦਿੱਤੀ ਗਈ ਹੈ, ਸਾਡੀ ਮਰਿਆਦਾ ਚ, ਸਿੱਖ ਮਰਿਆਦਾ ਚ ਸੋਹਲੇ ਦੀ ਬਾਣੀ ਨੂੰ ਦੋ ਸਮੇਂ ਪੜ੍ਹਨ ਦਾ ਵਿਧਾਨ ਨਿਸ਼ਚਿਤ ਕੀਤਾ ਗਿਆ। ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਸਿੱਖ ਨਿਤਨੇਮ ਵਜੋਂ ਸੋਹਲੇ ਦੀ ਬਾਣੀ ਨੂੰ ਪੜ੍ਹ ਕੇ ਸੌਂਦਾ ਹੈ, ਤੇ ਦੂਸਰੀ ਵਾਰ ਜਦੋਂ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਪ੍ਰਾਣੀ ਦੀ ਜਗ੍ਹਾ ਨੂੰ ਲਾਂਭੂ ਲਾ ਦਿੱਤਾ ਜਾਂਦਾ ਹੈ, ਤੇ ਸੰਗਤ ਪਾਸੇ ਬੈਠ ਕੇ ਸੋਹਲੇ ਦੀ ਬਾਣੀ ਪੜ੍ਹਦੀ ਹੈ। ਹੁਣ ਇਹ ਦੋਵਾਂ ਸਮਿਆਂ ਦੇ ਉੱਤੇ ਇਸ ਸੋਹਲੇ ਦੀ ਬਾਣੀ ਨੂੰ ਪੜ੍ਹਨ ਦਾ ਵਿਧਾਨ ਕਿਉਂ ਨਿਸ਼ਚਿਤ ਕੀਤਾ ਗਿਆ? ਵਿਚਾਰਵਾਨ ਨੇ ਬੜਾ ਸੁੰਦਰ ਤੱਤ ਕੱਢਿਆ, ਕਹਿੰਦੇ ਹੁਣ ਨੀਂਦ ਕੀ ਹੈ? ਨੀਂਦ ਇੱਕ ਛੋਟੀ ਮੌਤ ਹੈ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇਹਵਾਨ। ਦਿੱਤੇ ਹੋਏ ਸਮੇਂ ਦੀ ਸਮਾਪਤੀ, ਬੁਲਾ ਚੁੱਕਾ ਨਿਖੇਵਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਅਨੰਦ ਇੱਕ ਓਮਕਾਰ ਸਤਿ ਪ੍ਰਸਾਦ, ਅਨੰਦ ਪਿਆ ਮੇਰੀ ਮਾਏ, ਸਤਿਗੁਰੁ ਮੈਂ ਪਾਰ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਬਰਦਾਈਆਂ, ਰਾਗ ਰਤਨ ਪਰਵਾਰ ਕਰੀ, ਸ਼ਬਦ ਕਾਮ ਨੇ ਆਈਆਂ, ਸ਼ਬਦ ਹੋ ਨਾ ਕਾਬੂ ਹਰੀ, ਮੇਰਾ ਮਨ ਜੀ ਵਸਾਇਆ, ਕਹਿ ਨਾਨਕ ਅਨੰਦ ਹੋਆ, ਸਤਿਗੁਰੁ ਮੈਂ ਪਾਇਆ। ਸੁਖਮਨ ਆਏ
ਵਸਿਆ ਜਿਨ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ ਸੱਚ ਮੇਰਾ ਆਧਾਰੋ ਅੱਜ ਪੰਜ ਸ਼ਬਦ ਤਦਕਾਰ ਸੁਭਾਗੈ ਕਾਰ ਸੁਭਾਗੈ ਕਾਲਾ ਜਿਤ ਕਰ ਧਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਆਨੰਦ ਸੁਣੋ ਵਡ ਭਾਗਿਓ